ਟੋਲ ਪਲਾਜ਼ੇ ਤੇ ਟਮਾਟਰਾਂ ਦੇ ਨਾਲ ਭਰਿਆ ਇੱਕ ਟਰੱਕ ਪਲਟੀ ਹੋ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਸੜਕ ਦੇ ਉੱਤੇ ਟਮਾਟਰ ਹੀ ਟਮਾਟਰ ਖਿੰਡ ਗਏ ਨੇ। ਤਾਂ ਵੱਡਾ ਹਾਦਸਾ ਕੀਰਤਪੁਰ ਸਾਹਿਬ ਦੇ ਵਿੱਚ ਵਾਪਰਿਆ, ਜਿੱਥੇ ਕਿ ਅਚਾਨਕ ਹੀ ਟੋਲ ਪਲਾਜ਼ਾ ਦੇ ਉੱਤੇ ਇਹ ਟਰੱਕ ਜੋ ਹੈ ਉਹ ਪਲਟੀ ਹੋ ਜਾਂਦਾ। ਹਾਲਾਂਕਿ ਹਿਮਾਚਲ ਤੋਂ ਕਿਹਾ ਜਾ ਰਿਹਾ ਕਿ ਇਹ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ, ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਤਾਂ ਟਮਾਟਰ ਜੋ ਨੇ ਉਹ ਸਾਰੇ ਹੀ ਖਰਾਬ ਹੋ ਗਏ ਨੇ, ਤੇ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਮਾਟਰ ਸੜਕ ਦੇ ਉੱਤੇ ਖਿਲ ਰਹੇ ਨੇ। ਉੱਥੇ ਹੀ ਜਿਨ੍ਹਾਂ ਦੇ ਇਹ ਟਮਾਟਰ ਸੀ ਉਹਨਾਂ ਦਾ ਕਹਿਣਾ ਹੈ ਕਿ ਵੱਡਾ ਨੁਕਸਾਨ ਹੋਇਆ, ਸਾਰੇ ਹੀ ਟਮਾਟਰ ਜੋ ਨੇ ਉਹ ਸੜ ਚੁੱਕੇ ਨੇ। ਇਸ ਦੇ ਨਾਲ ਹੀ ਕਈ ਟਮਾਟਰ ਸੜਕ ਦੇ ਉੱਤੇ ਗਿਰੇ ਨੇ, ਜਿਸ ਤੋਂ ਬਾਅਦ ਗੱਡੀਆਂ ਇਸ ਦੇ ਉੱਪਰੋਂ ਨਿਕਲੀਆਂ ਅਤੇ ਸਾਰੇ ਹੀ ਟਮਾਟਰ ਖਰਾਬ ਹੋ ਗਏ ਨੇ। ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਵਿੱਚ ਇਹ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ। ਹਾਲਾਂਕਿ ਜਿਵੇਂ ਹੀ ਇਹ ਟੋਲ 'ਤੇ ਐਂਟਰੀ ਕਰਨ ਲੱਗਿਆ, ਤਾਂ ਉਸ ਤੋਂ ਬਾਅਦ ਇਹ ਅਚਾਨਕ ਹੀ ਬੇਕਾਬੂ ਹੋ ਜਾਂਦਾ। ਬੇਕਾਬੂ ਹੋਣ ਤੋਂ ਬਾਅਦ ਇਹ ਟੋਲ ਪਲਾਜ਼ਾ ਪਾਰ ਕਰਦੇ ਸਾਰ ਹੀ ਪਲਟ ਜਾਂਦਾ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਵਾਪਰਿਆ, ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਟੋਲ ਪਲਾਜ਼ਾ 'ਤੇ ਪਲਟੀ ਹੋ ਗਿਆ। जो स्पीड में आता है सर गाड़ी, उसका थोड़ा स्लो होने से अच्छा होता है। सर स्पीड में आता है तो कुछ रिक्स हो जाता है टोल में, हम लोग को काम करने में तो स्लो मोशन होना चाहिए। सर गाड़ी को स्लो आना चाहिए, ऊपर से आ रहा है तो स्लो होना चाहिए हर गाड़ी को। सर जो लड़का जख्मी भी हुआ है तो टोल स्टाफ चोटे ले, हाथ में ले, सर पे चोट लगा है, ट्रीटमेंट करके तुरंत एम्बुलेंस बुला के ट्रीटमेंट करके ले आया। हमारा सुंदरनगर से आ रहा था, ये पुल के ब्रेक इसके गाड़ी पलटी खाने से हमारा बहुत सारा नुकसान हो गया है। हमारा पूरा बहुत सारा माल ख़राब हो चुका है। ये सब टमाटर की गाड़ी है, पूरी ख़राब हो चुकी है। मेरा नाम है इम्तियाज भाई मुस्तफ़ा भाई मेमण, और हम अपने सुंदरनगर से ले जा रहे थे मेहसाणा गुजरात के अंदर, यहाँ से माल को ले जा रहे थे। रात को भरी थी गाड़ी, पर 11:30-12 बजे तक ये पलटी खा के यहाँ पे आके ऐसा है। इसका ड्राइवर सेफ है? ਟੋਲ ਪਲਾਜ਼ੇ ਤੇ ਟਮਾਟਰਾਂ ਦੇ ਨਾਲ ਭਰਿਆ ਇੱਕ ਟਰੱਕ ਪਲਟੀ ਹੋ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰੇ ਹੀ ਸੜਕ ਦੇ ਉੱਤੇ ਟਮਾਟਰ ਹੀ ਟਮਾਟਰ ਖਿੰਡ ਗਏ ਨੇ। ਤਾਂ ਵੱਡਾ ਹਾਦਸਾ ਕੀਰਤਪੁਰ ਸਾਹਿਬ ਦੇ ਵਿੱਚ ਵਾਪਰਿਆ, ਜਿੱਥੇ ਕਿ ਅਚਾਨਕ ਹੀ ਟੋਲ ਪਲਾਜ਼ਾ ਦੇ ਉੱਤੇ ਇਹ ਟਰੱਕ ਜੋ ਹੈ ਉਹ ਪਲਟੀ ਹੋ ਜਾਂਦਾ। ਹਾਲਾਂਕਿ ਹਿਮਾਚਲ ਤੋਂ ਕਿਹਾ ਜਾ ਰਿਹਾ ਕਿ ਇਹ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਆ ਰਿਹਾ ਸੀ, ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਤਾਂ ਟਮਾਟਰ ਜੋ ਨੇ ਉਹ ਸਾਰੇ ਹੀ ਖਰਾਬ ਹੋ ਗਏ ਨੇ, ਤੇ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਮਾਟਰ ਸੜਕ ਦੇ ਉੱਤੇ ਖਿਲ ਰਹੇ ਨੇ। ਉੱਥੇ ਹੀ ਜਿਨ੍ਹਾਂ ਦੇ ਇਹ ਟਮਾਟਰ ਸੀ ਉਹਨਾਂ ਦਾ ਕਹਿਣਾ ਹੈ ਕਿ ਵੱਡਾ ਨੁਕਸਾਨ ਹੋਇਆ, ਸਾਰੇ ਹੀ ਟਮਾਟਰ ਜੋ ਨੇ ਉਹ ਸੜ ਚੁੱਕੇ ਨੇ। ਇਸ ਦੇ ਨਾਲ ਹੀ ਕਈ ਟਮਾਟਰ ਸੜਕ ਦੇ ਉੱਤੇ ਗਿਰੇ ਨੇ, ਜਿਸ ਤੋਂ ਬਾਅਦ ਗੱਡੀਆਂ ਇਸ ਦੇ ਉੱਪਰੋਂ ਨਿਕਲੀਆਂ ਅਤੇ ਸਾਰੇ ਹੀ ਟਮਾਟਰ ਖਰਾਬ ਹੋ ਗਏ ਨੇ। ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਵਿੱਚ ਇਹ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ। ਹਾਲਾਂਕਿ ਜਿਵੇਂ ਹੀ ਇਹ ਟੋਲ 'ਤੇ ਐਂਟਰੀ ਕਰਨ ਲੱਗਿਆ, ਤਾਂ ਉਸ ਤੋਂ ਬਾਅਦ ਇਹ ਅਚਾਨਕ ਹੀ ਬੇਕਾਬੂ ਹੋ ਜਾਂਦਾ। ਬੇਕਾਬੂ ਹੋਣ ਤੋਂ ਬਾਅਦ ਇਹ ਟੋਲ ਪਲਾਜ਼ਾ ਪਾਰ ਕਰਦੇ ਸਾਰ ਹੀ ਪਲਟ ਜਾਂਦਾ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਵਾਪਰਿਆ, ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਟੋਲ ਪਲਾਜ਼ਾ 'ਤੇ ਪਲਟੀ ਹੋ ਗਿਆ। जो स्पीड में आता है सर गाड़ी, उसका थोड़ा स्लो होने से अच्छा होता है। सर स्पीड में आता है तो कुछ रिक्स हो जाता है टोल में, हम लोग को काम करने में
तो स्लो मोशन होना चाहिए था गाड़ी को, स्लो आना चाहिए, ऊपर से आ रहा है तो स्लो होना चाहिए हर गाड़ी को। सर जो लड़का जख्मी भी हुआ है तो टोल स्टाफ चोटे हाथ में ले, सर पे चोट लगा है, ट्रीटमेंट करके तुरंत एम्बुलेंस बुला के ट्रीटमेंट करके ले आया। हमारा सुंदरनगर से आ रहा था, ये पुल के ब्रेक इसके गाड़ी पलटी खाने से हमारा बहुत सारा नुकसान हो गया है, हमारा पूरा बहुत सारा माल ख़राब हो चुका है। ये सब टमाटर की गाड़ी है, पूरी ख़राब हो चुकी है। मेरा नाम इम्तियाज भाई मुस्तफ़ा भाई मेमण, हम अपने सुंदरनगर से ले जा रहे थे मेहसाणा गुजरात के अंदर, यहाँ से माल को ले जा रहे थे। रात को भरी थी गाड़ी, पर 11:30-12 बजे तक ये पलटी खा के यहाँ पे आके ऐसा है। ड्राइवर सेफ है।